ਸਾਰੀ ਗੱਲ ਦੱਸ ਪੁੱਤ ਮੇਰਾ ਪਿਓ ਪੰਜਾਬ ਪੁਲਿਸ ਦੇ ASI ਦੀ ਘਰੋਂ ਮਿਲੀ ਲਾਸ਼। ਪਰਿਵਾਰ ਨੇ ਪਤਨੀ ਤੇ ਲਗਾਏ ਇਲਜ਼ਾਮ। ਪਤੀ ਦੀ ਮੌਤ ਤੋਂ ਬਾਅਦ ਗਾਇਬ ਹੈ ਪਤਨੀ। ਦੋਨਾਂ ਦਾ ਆਪਸ ਦੇ ਵਿੱਚ ਰਹਿੰਦਾ ਸੀ ਕਲੇਸ਼। ਦੱਸ ਦੇ ਕਿ ਪੰਜਾਬ ਪੁਲਿਸ ਦੇ ਇੱਕ ASI ਦੀ ਮੌਤ ਹੋਈ ਹੈ ਤੇ ਉਸਦੀ ਲਾਸ਼ ਉਸਦੇ ਘਰ ਤੋਂ ਮਿਲੀ ਹੈ, ਜਿਸ ਤੋਂ ਬਾਅਦ ਉਸਦੀ ਪਤਨੀ ਘਰ ਤੋਂ ਫਰਾਰ ਹੈ ਤੇ ਨਾ ਹੀ ਉਸਦਾ ਕੋਈ ਪਤਾ ਲੱਗ ਰਿਹਾ। ਹੁਣ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਫਿਰ ਖੁਦਕੁਸ਼ੀ। ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਉਸਦਾ ਆਪਣੀ ਪਤਨੀ ਦੇ ਨਾਲ ਕਲੇਸ਼ ਰਹਿੰਦਾ ਸੀ ਤੇ ਹਮੇਸ਼ਾ ਉਹਨਾਂ ਵਿੱਚ ਲੜਾਈ ਵੀ ਚੱਲਦੀ ਰਹਿੰਦੀ ਸੀ ਤੇ ਹੁਣ ਉਸਦੀ ਮੌਤ ਤੋਂ ਬਾਅਦ ਉਹ ਫਰਾਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਸਦੇ ਪਤੀ ਨੇ ਖੁਦਕੁਸ਼ੀ ਕੀਤੀ ਹੁੰਦੀ ਤਾਂ ਉਸਨੂੰ ਭੱਜਣ ਦੀ ਕੀ ਲੋੜ ਸੀ। ਇਸ ਦੀ ਮੌਤ ਦੇ ਪਿੱਛੇ ਇਸ ਦੀ ਪਤਨੀ ਦਾ ਹੀ ਹੱਥ ਹੈ। ਇਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਦੱਸ ਦੇ ਕਿ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਪੁਲਿਸ ਦੇ ਇੱਕ ASI ਦੀ ਅਣਪਛਾਤੇ ਕਾਰਨਾਂ ਦੇ ਵਿੱਚ ਮੌਤ ਹੋ ਜਾਂਦੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਤੇ ਫਰਾਰ ਪਤਨੀ ਤੇ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਹੁਣ ਇਸ ਸੰਬੰਧੀ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਸੰਬੰਧੀ ਪੁਲਿਸ ਦੇ ਕੋਲ ਵੱਡਾ ਚੈਲੰਜ ਹੋਵੇਗਾ ਇਹ ਗੁੱਥੀ ਸੁਲਝਾਉਣ ਦਾ ਕਿ ਇਹ ਮਰਡਰ ਹੈ ਜਾਂ ਫਿਰ ਖੁਦਕੁਸ਼ੀ। ਚਲਾ ਕੇ ਵੇਖਣ ਦੇ ਫਿਲਮਾਂ ਵੇਖਣ ਦੇ ਸਾਲਾ ਉਹਦਾ ਇੱਕੋ ਇੱਕ ਭੈਣ ਘਰ ਵਿਧਵਾ ਹੋ ਜਾਵੇ ਬਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨੀ ਜਾਂਦਾ ਭਾਜੀ। ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਏ ਕਲੋਨੀ ਦੇ ਵਿੱਚ। ਇਹਦਾ ਪਿਓ ਬਟਾਲੇ ਤੋਂ ਏਡੀ ਛੇਤੀ ਕਿੱਦਾਂ ਆ ਗਿਆ ਸਾਡੇ ਘਰ? ਫਿਰ ਕਹਿੰਦਾ ਪਿਆ ਮੈਨੂੰ ਪਤਾ ਹੀ ਨੀ ਕੀ ਹੋਇਆ ਕੀ ਹੋਇਆ ਵਾ, ਤੂੰ ਮੇਰੇ ਘਰ ਉਧਰ ਨੀ ਗਿਆ ਆਪਣੀ ਕੁੜੀ ਦੇ ਘਰ? ਜਦੋਂ ਉਧਰ ਪਰਸੋਂ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਾਈਆਂ, ਇਹਦੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ, ਮੇਰੇ ਕੋਲ ਖੁਦ ਪ੍ਰੂਫ ਹੈਗੇ, ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ, ਉਸੇ ਵੇਲੇ ਮੈਂ ਰਿਕਾਰਡਿੰਗ ਲਾ ਦੇਣੀ ਜਦੋਂ ਢਿੱਡ ਫੋਲਦਾ ਸੀ। ਮੈਂ ਕਿਹਾ ਵੀ ਪੁੱਤ ਏਦਾਂ ਕਰਦਾ ਕਿਤੇ ਤੈਨੂੰ ਮਾਰ ਨਾ ਦੇਵੇ, ਉਹੀ ਗੱਲ ਹੋਈ ਭਾਜੀ, ਉਹਨੇ ਮੇਰਾ ਪੁੱਤ ਹੀ ਮਾਰਤਾ ਕੰਜਰੀ ਨੇ, ਮੈਰਿਜ ਸੀ ਇਹਨਾਂ ਦੀ। ਉਸ ਤੋਂ ਬਾਅਦ ਭਾਜੀ ਇਹਨੇ ਮੇਰੇ ਘਰ ਆ ਕੇ ਇੰਨੀ ਲੜੀ ਝਗੜੀ, ਲੜਾਈ ਝਗੜਾ ਰੋਜ਼ ਨਿੱਤ ਕਰਦੀ ਸੀ, ਕਹਿੰਦੀ ਮੈਂ ਕੁਛ ਨਹੀਂ ਕਰਨਾ ਨਾ ਮੈਨੂੰ ਕੁਛ ਆਉਂਦਾ ਜੇ। ਮੈਂ ਭਾਜੀ 3 ਸਾਲ ਇਹਨੂੰ ਬੈੱਡ ਦੇ ਤੇ ਰੋਟੀਆਂ ਖਵਾਈਆਂ ਵਾ, ਮੇਰਾ ਪੁੱਤ ਠੀਕ ਰਵੇ ਕੋਈ ਗੱਲ ਨਹੀਂ, ਨਾ ਲੜੀ ਮੈਂ ਆਪੇ ਕਰ ਲੂੰਗੀ। ਮੇਰੇ ਪੁੱਤ ਨੂੰ ਜਦੋਂ ਲੜਦੀ ਉਦੋਂ ਲੱਤਾਂ ਮਾਰਦੀ ਸੀ, ਕਦੀ ਕੁਛ ਕਦੀ ਕੁਛ, ਨਿੱਕੇ ਨਿੱਕੇ ਗੱਲਾਂ ਦੇ ਉੱਤੇ ਲੜਦੀ ਸੀ ਭਾਜੀ। 3 ਸਾਲ ਇਹ ਮੇਰੇ ਨਾਲ ਰਹੀ ਆ, 4th ਸਾਲ ਇਹਨੇ ਚੁੱਕ ਕਹਿੰਦੀ ਆ ਮੈਂ ਜਾਣਾ ਅਲੱਗ ਹੋਣਾ ਕੁਆਟਰਾਂ ਦੇ ਵਿੱਚ, ਮੈਂ ਜਾਣਾ ਵਾ ਮੈਨੂੰ ਬਾਹਰ ਲੈ ਕੇ ਜਾ, ਮੈਂ ਨਹੀਂ ਤੇਰੇ ਭੈਣ ਭਰਾਵਾਂ ਨਾਲ ਰਹਿਣਾ, ਨਾ ਮੈਂ ਤੈਨੂੰ ਕੋਈ ਪੈਸਾ ਦੇਣ ਦੇਣਾ। ਭਾਜੀ ਟ੍ਰੇਨਿੰਗ ਵੀ ਮੈਂ ਕਰਾਈ, ਸਾਰਾ ਕੁਛ ਮੈਂ ਕਰਾਇਆ। ਜਦੋਂ ਮੈਂ ਨੌਕਰੀ ਚੜਾਇਆ ਤੇ ਕਹਿੰਦੀ ਮੈਂ 1 ਰੁਪਈਆ ਨੀ ਤੇਰੀ ਮਾਂ ਨੂੰ ਦੇਣ ਦੇਣਾ ਤੇ ਮੈਨੂੰ ਲੱਗ ਲੱਲਾ ਕੁਆਟਰਾਂ 'ਚ ਘੱਲਿਆ। ਉੱਥੇ ਵੀ ਮੇਰੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਤੂੰ ਆਪਣਾ ਪੁੱਤ ਲੈ ਜਾ, ਤੂੰ ਆਪਣਾ ਪੁੱਤ ਮਰ ਜਾਣਾ, ਇਹ ਤੇਰਾ ਉੱਤੇ ਚੜ ਜਾਂਦੀ ਆ। ਭਾਜੀ ਹੁਣ ਤੇ ਮੈਂ ਉਹਨੂੰ ਉਹਦੇ ਘਰੋਂ ਲਿਆਈ ਆ, ਪੁਲਿਸ ਵਿੱਚ ਸੀ GRPA ਦੇ, ਪਾਪਾ ਦੀ ਜੋਬ ਦਵਾਈ ਸੀ ਮੈਂ, ਪਰੋਡੀ ਕੇਸ ਤੇ ਭਰਤੀ ਸੀ। ਮੈਂ ਤੇ ਸੋਚਿਆ ਸੀ ਮੇਰੇ ਧੀਆਂ ਪੁੱਤਾਂ ਦੀ ਬਾਂਹ ਬਣੂਗਾ। ਭਾਜੀ ਜੋਨ ਦਾ ਵਿਆਹ ਕਰਾਇਆ GRPA ਦੇ ਵਿੱਚ ਇਹਨੇ ਉਸੇ ਦੇ ਭਾਜੀ ਮਾਂ ਇਹਦੀ ਇੰਸਟਾਗ੍ਰਾਮ ਤੇ ਰੋਜ਼ ਇਹਨੂੰ ਵੀਡੀਓ ਕਾਲ ਕਰਦੀ ਸੀਗੀ, ਤੂੰ ਬੈਠੀ ਰਹਿ ਸੱਸ ਨੂੰ ਤੇ ਨਨਾਣ ਨੂੰ ਲਾ ਛੱਡ ਕੰਮੇ। ਭਾਜੀ ਮੈਂ ਆਪਣੇ ਪੁੱਤ ਨੂੰ ਖੁਸ਼ ਵੇਖਣ ਕਰਕੇ ਮੈਂ ਸਾਰਾ ਕੰਮ ਆਪ ਕਰਦੀ ਹਾਂ।
ਮਾਂ ਪਿਓ ਦੀ ਚੁੱਕਣਾ ਦੇ ਵਿੱਚ ਆ ਕੇ ਤੇ ਉੱਥੇ ਸਾਲ ਦੇ ਵਿੱਚ ਕੁਆਟਰਾਂ ਚ ਲੈ ਗਈ। ਉੱਥੇ ਵੀ ਮੇਰਾ ਪੁੱਤਰ ਹੁੰਦਾ ਸੀ ਤੇ ਮੈਨੂੰ ਬਾਹਰ ਮਿਲਣ ਆਉਂਦਾ ਸੀ, ਕਹਿੰਦਾ ਮੰਮੀ ਮੈਨੂੰ ਨਾ ਰੋਟੀ ਨਹੀਂ ਦਿੰਦੀ, ਮੈਂ ਨਿੱਕੇ ਭਰਾ ਨੂੰ ਕੱਲਦੀ ਹਾਂ ਜਾ ਕੇ ਰੋਟੀ ਦੇ ਕੇ ਆ। ਭਾਜੀ ਡਿਊਟੀਆਂ ਤੇ ਮੈਂ ਪੁੱਤ ਆਪਣਾ ਭੇਜਦੀ ਹਾਂ, ਮਗਰ ਰੋਟੀ ਖਵਾ ਕੇ ਭਰਾ ਨੂੰ ਆਈ। ਮੈਂ ਕਿਹਾ ਰੋਟੀ ਨਹੀਂ ਖਾ ਕੇ ਆਉਂਦਾ, ਕਹਿੰਦਾ ਮੰਮੀ ਰਾਤ ਦੀ ਵੀ ਘੱਲ ਦਿਆ ਕਰ। ਮੈਂ ਕਿਹਾ ਤੈਨੂੰ ਰੋਟੀ ਨਹੀਂ ਪਕਾਉਂਦੀ, ਕਹਿੰਦਾ ਅਜੇ ਵੀ ਉਹਦਾ ਉਹੀ ਹਾਲ ਆ, ਇੰਸਟਾਗ੍ਰਾਮ ਦੇ ਉੱਤੇ ਬਸ ਲੱਗੀ ਰਹਿੰਦੀ ਆ, ਰੋਟੀ ਨਹੀਂ ਮੇਰੇ ਪੁੱਤ ਨੂੰ ਨਿੱਕੇ ਨੇ ਬੱਚੇ ਨੂੰ ਹੀ ਨਹੀਂ ਦੁੱਧ ਦਿੰਦੀ ਟਾਈਮ ਨਾਲ। ਉਹ ਵੀ ਕੁੜੀ ਪਾ ਨਹੀਂ ਕਿੱਦਾਂ ਫੜਨ ਦਈ ਆ। ਕਿੰਨੇ ਬੱਚੇ ਕਿੰਨੇ ਉਹਨਾਂ? ਇੱਕ ਬੇਟੀ ਆ ਭਾਜੀ 4 ਸਾਲ ਦੀ। ਕੀ ਮੰਗ? ਪਿਛਲੇ ਸਾਲ ਇਹਨੇ ਹਿਸਾਬ ਲਾ ਲਓ ਮੈਨੂੰ ਕਹਿੰਦਾ ਮੰਮੀ ਮੈਂ ਅਲੱਗ ਹੋਣਾ ਵਾ, ਇਸ ਕਰਕੇ ਕਿ ਇਹਨੂੰ ਮੈਂ ਬਾਹਰ ਲੈ ਜਾ ਸ਼ਾਇਦ ਉਤਰਾ ਖੁਸ਼ ਹੋ ਜੇ। ਕਹਿੰਦੀ ਸੀ ਮੈਂ ਦੋਵਾਂ ਨੂੰ ਘਰੋਂ ਬਾਹਰ ਕੱਢ ਦੇਣਾ, ਸੜਕ ਦੇ ਉੱਤੇ ਲੈ ਆਉਣਾ, ਮੈਨੂੰ ਮੇਰਾ ਹਿੱਸਾ ਚਾਹੀਦਾ। ਹਾਂਜੀ ਥਾਣੇ ਮੈਂ ਕੰਪਲੇਂਟ ਕਰਾਈ ਆ। ਹਾਂਜੀ ਇੱਥੋਂ ਚਾਟੀ ਵਿੰਡੋ ਆਏ ਆ। ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗੀ ਭਾਜੀ ਕਿ ਮੈਨੂੰ ਇਨਸਾਫ਼ ਚਾਹੀਦਾ। ਇਹਨਾਂ ਦੇ ਸੱਸ ਸਹੁਰਾ ਸਾਰੇ ਇੱਥੇ ਹਾਜ਼ਰ ਹੈਗੇ ਸੀ ਕੱਲ, ਇਹਨਾਂ ਨੇ ਰਲ ਕੇ ਮੇਰੇ ਪੁੱਤ ਦਾ ਕਤਲ ਕੀਤਾ, ਇਹਨਾਂ ਨੇ ਫੜ ਕੇ ਮਾਰ ਕੇ ਤੇ ਫੇਰ ਇਹਨਾਂ ਨੇ ਉੱਤੇ ਚੁੰਨੀ ਦੇ ਨਾਲ ਬੰਨ ਕੇ ਤੇ ਆਪਣੇ ਵੱਲੋਂ ਕੱਟ ਕੇ। ਸਾਈਡ ਦਾ ਦੱਸਿਆ ਕਿ ਉਹ ਸੁਸਾਈਡ ਕਰ ਗਿਆ, ਇਹਨੇ ਆਪਣੇ ਵੱਲੋਂ 7:15 ਦਾ ਭਾਜੀ ਉੱਥੋਂ ਤੁਰਿਆ। ਇਹ 8 ਵਜੇ ਡਿਊਟੀ ਉੱਥੇ ਖਤਮ ਹੁੰਦੀ ਹੈ, 8:15 ਉੱਥੋਂ ਤੁਰਿਆ। ਉਹਨਾਂ ਨੇ ਔਨਲਾਈਨ ਵੀਡੀਓ ਵੀ ਗਈਆਂ ਨੇ GRP ਥਾਣੇ ਦੀਆਂ। ਇਹ ਕਹਿੰਦੀ 7:15 ਆ ਗਿਆ ਸੀ ਘਰ, ਇਹਦਾ ਬਿਆਨ ਕੋਈ ਨਹੀਂ ਸਾਡੇ ਨਾਲ ਰਲਣ ਦਿਆ। ਇਹਨੇ ਮੈਨੂੰ ਕਿਹਾ ਫੋਨ ਕਰਕੇ ਤੇਰਾ ਪੁੱਤ ਮਰ ਗਿਆ ਵਾ, ਉੱਤੇ ਫਾਂਸੀ ਲੈ ਲਈ ਆ, ਛੇਤੀ ਆ ਜਾ। ਮੈਂ ਇੱਥੋਂ ਆਪਣੇ ਨਿੱਕਾ ਪੁੱਤ ਲੈ ਕੇ ਭੱਜੀ ਗਲੀ ਦੇ, 4-5 ਬੰਦੇ ਲੈ ਕੇ ਗਈ ਆ ਵੈਨ ਲੈ ਕੇ ਸਕੂਲ ਦੀ। ਅਸੀਂ ਜਾ ਕੇ ਵੇਖਿਆ, ਸਾਨੂੰ 10:30 ਦੱਸਿਆ ਵਾ ਕਿ ਤੁਹਾਡਾ ਪੁੱਤ ਇੱਦਾਂ ਹੋ ਗਿਆ। ਭਾਜੀ ਇਹਨੇ ਮੈਨੂੰ 2 ਘੰਟੇ ਕੱਖ ਨਹੀਂ ਦੱਸਿਆ ਵੀ ਤੇਰਾ ਪੁੱਤ ਕੀ ਆ ਕੀ ਨਹੀਂ। ਇਹਦੇ ਸੱਸ ਸਹੁਰਾ ਉਸੇ ਵੇਲੇ ਮੈਂ ਜਦੋਂ ਗਈ ਆਪਣੇ ਪੁੱਤ ਨੂੰ ਲੈਣ ਤੇ ਮੈਂ ਵੇਖਿਆ ਮੇਰਾ ਥੱਲੇ ਭੁੰਜੇ ਲੰਮੇ ਪਿਆ। ਜਿਹਨੇ ਵੀਡੀਓ ਬਣਾਈ ਗੇਟ ਕੀਪਰ ਨੇ, ਉਹ ਕਹਿੰਦਾ ਮੈਨੂੰ ਮਿਲ ਕੇ ਗਿਆ, ਬੜਾ ਸੋਹਣਾ ਉਹਨੇ ਹੱਥ ਮਾਰਿਆ। ਇਹ ਸਾਡੇ ਨੂੰ ਰੋਜ਼ ਨਿਕਲਦੇ ਸੀ ਕਲੋਨੀ 'ਚੋਂ, ਬਾਹਰ ਰੋਟੀ ਖਾਂਦੀ ਸੀ ਢਾਬਿਆਂ ਤੋਂ, ਰਾਤੀ ਰੋਟੀ ਨਹੀਂ ਬਣਾਉਂਦੀ। ਫਿਰ ਇਹਨੇ ਇੰਨੀ ਗੱਲ ਕਹੀ ਆ ਕਿ ਕੋਈ ਨਹੀਂ ਆ, ਮੈਂ ਮਤਲਬ ਕਿ ਇਹ ਮੈਨੂੰ ਕਹਿੰਦਾ ਸੀ ਚਲੋ ਚੱਲੀਏ ਤੇ ਇਹ ਅੰਦਰ ਗਿਆ ਵਾ ਤੇ ਇਹਨੇ ਅੰਦਰ ਜਾ ਕੇ ਫਾਹ ਲਾਇਆ ਹੋਇਆ ਸੀ। ਜਦਕਿ ਗੱਲ ਇਹ ਨਹੀਂ ਸੀ, ਉਹਨੇ ਜਿਹੜਾ ਵੀਡੀਓ ਕੈਮਰੇ ਬਾਹਰ ਇਹਨਾਂ ਨੇ ਲਾਏ ਸੀ CC ਕੈਮਰੇ, ਭਾਜੀ ਉਹ ਸਵੇਰੇ ਗੇਟ ਕੀਪਰ ਨੇ ਕਿਹਾ ਮੈਂ 12 ਵਜੇ ਵੇਖ ਕੇ ਗਿਆ ਸਵੇਰੇ ਕੱਲ੍ਹ, ਅਤੇ ਰਾਤ ਨੂੰ ਭਾਜੀ ਉਹ ਟੁੱਟੇ ਹੋਏ ਸੀ, ਇਹਨਾਂ ਨੇ ਆਪਣੀ ਕੋਈ ਸਾਜਿਸ਼ ਬਣਾ ਕੇ ਮੇਰੇ ਪੁੱਤ ਨੂੰ ਮਾਰਤਾ। ਇਹ ਭਾਜੀ 4 ਸਾਲ ਹੋ ਗਏ, 5 ਸਾਲ ਮੇਰੇ ਮੁੰਡੇ ਨੂੰ ਟੋਰਚਰ ਕਰਦੇ ਆ। ਇਹਦੀ ਸੱਸ ਇੰਨੀ ਵੀਡੀਓ ਕਾਲ 'ਤੇ ਰਹਿੰਦੀ, ਸਹੁਰਾ ਇਹਦਾ ਇਹੋ ਕਹਿੰਦਾ ਸੀ ਕਿ ਤੈਨੂੰ ਅਸੀਂ ਤੇਰੀ ਨੌਕਰੀ ਲਵਾ ਦੇਣੀ ਆ, ਤੈਨੂੰ ਉਹ ਕਰ ਦੇਣਾ ਵਾ, ਤੈਨੂੰ ਵੇਖੀ ਮੰਗਤਾ ਕਰ ਦੇਣਾ ਵਾ, ਮੇਰੀ ਹੁਣ ਵੀ ਜਿਹੜਾ ਤੂੰ ਪ੍ਰੋਪਰਟੀ ਲਏਗਾ ਮੇਰੀ ਕੁੜੀ ਦੇ ਨਾਂ 'ਤੇ ਲੈਣੀ ਆ। ਭਾਜੀ ਇਹਨੇ ਆਪਣੀ ਕੁੜੀ ਦੇ ਨਾਂ 'ਤੇ ਪ੍ਰੋਪਰਟੀ ਲਾ ਕੇ ਮੇਰੇ ਪੁੱਤ ਨੂੰ ਘੋਲਾ ਕਰਤਾ। ਕੀਤੀ ਆ ਭਾਜੀ, ਮੇਰੇ ਕੋਲ ਰਿਕਾਰਡਿੰਗ ਆ ਗਈ ਆ। ਭਾਜੀ ਉਹ ਇਹੋ ਕਹਿੰਦਾ ਸੀ, ਕਹਿੰਦਾ ਮੰਮੀ ਮੈਂ ਤੇਰੇ 'ਤੇ ਬੋਝ ਨਹੀਂ ਬਣਨਾ, ਇੱਕ ਕੁੜੀ ਆ, ਕਦੋਂ ਕਿੱਦਾਂ ਵਿਆਹੇਗੀ ਪੈਨਸ਼ਨ ਤੋਂ, ਉਹ ਪਲੱਸ 2 ਕਰਨ ਵਾ। ਉਹਦੇ ਨਾਲ ਬੜਾ ਪਿਆਰ ਸੀ, ਉਹਨੂੰ ਕਹਿੰਦਾ ਮਿਲਣਾ ਦਿਨ ਉਹਨੂੰ ਮਿਲਦਾ ਰਿਹਾ ਬਾਹਰ, ਉਹ ਕਹਿੰਦਾ ਕਿ ਤੂੰ ਇੱਥੇ ਆ ਜਾ ਕਰ, ਮੇਰਾ ਮੂਡ ਬੜਾ ਅਪਸੈਟ ਆ। ਮੇਰਾ ਪੁੱਤ ਜਾਂਦਾ ਸੀ, ਮੈਨੂੰ ਵੀਡੀਓ ਤੇ ਵੀ ਗੱਲ ਸੀ ਕਿਸੇ ਦੇ ਫੋਨ ਤੋਂ, ਕਹਿੰਦਾ ਮੰਮੀ ਆਪਣੇ ਫੋਨ ਕਰਦੀ ਆ ਤੇ ਮੇਰਾ ਫੋਨ ਚੈੱਕ ਕਰਦੀ ਆ ਘਰ। ਭਾਜੀ ਪਿਓ ਦੀ ਨੌਕਰੀ ਦਵਾਈ ਸੀਗੀ, ਚਲੋ ਸਾਡੀ ਮਾਂ ਬਣੂ, ਉਹਨੇ 1 ਰੁਪਇਆ ਨੀ ਘਰ ਦੇਣ ਦਿੱਤਾ, ਉਲਟਾ ਮੇਰਾ ਹੀ ਕਹਿੰਦੀ ਮਾਂ ਦੇ ਕੋਲੇ ਖਰਚਾ ਕਰਾ, ਆਪਣੀ ਸਾਰੀ ਜੇਬ ਉੱਥੇ ਸਹੁਰੇ ਦਿੰਦਾ ਸੀ। ਜਦੋਂ ਆਇਆ ਪਿਛਲੇ ਸਾਲ ਦੇ ਵਿੱਚ ਇਹਨੇ ਲੋਨ ਲਿਆ ਤੇ ਹੁਣ ਇਹਨੇ ਆਪਣਾ ਇੱਥੇ ਹੈਰੀਟੇਜ ਕਲੋਨੀ ਆ, ਉੱਥੇ ਇਹਨੇ ਆਪਣਾ ਮਕਾਨ ਬਣਾਇਆ ਜੀ। ਹਿਸਾਬ ਲਾ ਲਓ ਉਹਨੇ ਹਰ ਇੱਕ ਚੀਜ਼ ਇਹਦੀ ਪ੍ਰੋਵਾਈਡ ਕੀਤੀ ਆ। ਇਹਨੇ ਜੋ ਮੰਗਿਆ, ਜਿੰਨੇ ਮੋਬਾਈਲ ਮੰਗੇ, 14-15 ਸਾਰਾ ਐਕਟਿਵਾ ਤੱਕ, ਜਿਹੜੀ ਕਹਿੰਦੀ ਸੀ ਮੈਂ ਮਸ਼ੀਨ ਵਧੀਆ ਲੈਣੀ ਆ ਜਿਹੜੀ ਆਟੋਮੈਟਿਕ ਅੱਜ ਕੱਲ੍ਹ ਚੱਲੀ ਆ।
ਆਂਦੀ 80,000 ਦੀ, ਮੇਰੇ ਪਿਓ ਨੇ ਲਿਆਂਦੀ 80,000 ਦੀ ਲੈਣੀ ਆ। ਮੁੰਡੇ ਨੂੰ ਇੰਨਾ ਨੱਪ ਘੁੱਟ ਕੇ ਇਹਨੇ ਤੰਗ ਕਰਕੇ ਚੀਜ਼ਾਂ ਲਈਆਂ, ਘਰ ਸਾਰਾ ਪੂਰਾ ਕੀਤਾ। ਪਰ ਭਾਜੀ ਨੇ ਮੇਰਾ ਪੁੱਤ ਰਾਤ ਇੰਨੇ ਸਾਜਿਸ਼ ਨਾ ਮਾਰਿਆ, ਪਤਾ ਨਹੀਂ ਇਹਨੇ ਕਿਹੜੇ ਬੰਦੇ ਸੱਦੇ, ਜਾਂ ਆਪਣੇ ਜਿਹੜਾ ਮਾਂ ਪਿਓ ਇਹਦਾ ਇੱਥੇ ਹੀ ਗਾ ਸੀ। ਉਸੇ ਵੇਲੇ ਮੈਂ ਮੈਡੀਕਲ ਲੈ ਕੇ ਗਈ ਹਾਂ 20 ਮਿੰਟਾਂ ਤੋਂ, ਇੱਥੋਂ ਮੈਂ ਗਈ ਗਰਵਾਲੀ ਗੇਟ। ਉਸੇ ਵੇਲੇ ਮੈਂ ਮੁੰਡਾ ਪਾਇਆ ਗੱਡੀ 'ਚ ਲੈ ਕੇ ਗਈ ਹਾਂ ਮੈਡੀਕਲ, ਇਹਦਾ ਪਿਓ ਸਿੱਧਾ ਇੱਥੇ ਆ ਗਿਆ। ਉਹਨੂੰ ਕਿੰਨੇ ਖਬਰ ਕੀਤੀ, ਫਿਰ ਕਹਿੰਦੀ ਮੈਸੇਜ ਇਹਨੇ ਗੱਡੀ 'ਚ ਆਪ ਦੱਸਿਆ ਕਿ ਮੈਂ ਮੈਸੇਜ ਗੱਡੀ ਦੇ ਵਿੱਚ ਬਹਿ ਗਈ, ਅਤੇ ਮੇਰੇ ਕੋਲ ਫੋਨ ਦੋਵੇਂ ਸੀ, ਮੇਰੇ ਮੁੰਡੇ ਦਾ ਵੀ ਅਤੇ ਆਪਣਾ ਵੀ। ਇਹਨੇ ਉੱਥੇ ਮੈਸੇਜ ਕਰਕੇ ਕਿਹਾ ਇਹਨੇ ਆਪਣੇ ਵੱਲੋਂ ਸੁਸਾਈਡ ਕੀਤਾ ਵਾ, ਜਦਕਿ ਮੇਰੇ ਪੁੱਤ ਦਾ ਕਤਲ ਆ। ਅਤੇ ਮੈਨੂੰ ਭਾਅ ਜੀ ਇਨਸਾਫ਼ ਚਾਹੀਦਾ, ਇਹਨੂੰ ਸਜ਼ਾ ਹੋਣੀ ਚਾਹੀਦੀ। ਮੇਰੀ ਇਹ ਨੋਹ ਨਹੀਂ ਆ, ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਖਾ ਲਿਆ। ਇੱਕ ਮੇਰਾ ਬੰਦਾ ਨਹੀਂ, ਇੱਕ ਮੇਰਾ ਪੁੱਤ ਖਾ ਗਈ ਕੰਜਰੀ। ਉਹ ਆਪਣੇ ਉੱਥੇ ਹੈਗੀ ਪੇਕੇ ਆਪਣੇ ਗਈ ਰਾਤ ਪਿਓ ਉਹਦੇ ਨਾਲ। ਮੈਂ ਕਿਹਾ ਸੀ ਵੀ ਇੱਥੋਂ ਦਫ਼ਾ ਆ ਜਾ, ਚੱਲ ਜਾ। ਮੈਂ ਕਿਹਾ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ। ਮੁਲਾਜ਼ਮਾਂ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਚੱਲ ਜਾਓ। ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰਖਿਲਾਫ, ਕਹਿੰਦਾ ਜੋ ਕਬੰਦੀ ਕਾਰਵਾਈ। ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ, ਇਹਦੇ ਪਰਿਵਾਰ ਸਾਰੇ ਰਲੇ, ਉਹਦਾ ਪਿਓ ਹੀ ਧਮਕੀਆਂ ਲਾਉਂਦਾ ਰਿਹਾ। ਸੋਚ ਬਹੁਤ ਹੈ, ਮੈਂ ਤੈਨੂੰ ਇੰਜ ਕਰ ਦਾਂਗਾ, ਉੰਜ ਕਰ ਦਾਂਗਾ। ਉਹਨੂੰ ਧਮਕੀਆਂ ਮਾਰਦੇ ਰਹੇ ਮੁੰਡੇ ਨੂੰ ਪਹਿਲੇ। ਰਿਟਾਇਰਡ ਹੈ? ਨਹੀਂ, ਮੌਜੂਦਾ ਡਿਊਟੀ ਤੇ ਆ। ਉਹਦੀ ਕੀ ਆ ਇੱਥੇ PAP ਚੌਂਕ ਦੇ ਵਿੱਚ ਨਹੀਂ ਆ, ਕੀ ਕਹਿੰਦੇ ਆ ਆ ਜਿਹੜੀ ਗੱਡੀਆਂ ਕਿਹੜੀਆਂ ਚੱਲਦੀਆਂ PCR ਦੀਆਂ, ਆਹੋ PCR ਦੇ ਉੱਤੇ ਹੈਗਾ ਜੀ ਉਹ SHO ਆ। ਸੁਖਦੇਵ ਸਿੰਘ ਜਲੰਧਰ, ਉਹਨੇ ਮੇਰੇ ਮੁੰਡੇ ਨੂੰ ਕਈ ਵਾਰੀ ਧਮਕੀਆਂ ਲਾਈਆਂ, ਤੈਨੂੰ ਮੈਂ ਨੌਕਰੀ ਤੋਂ ਲਵਾ ਦੂੰਗਾ, ਮੈਂ ਤੈਨੂੰ ਉਹ ਕਰਾ ਦੂੰਗਾ। ਇਹਦੀ ਸੱਸ ਨੇ ਕਈ ਵਾਰੀ ਕਿਹਾ, ਕਹਿੰਦੀ ਆ ਜੇ ਮੇਰੀ ਧੀ ਨੂੰ ਇੱਦਾਂ ਨਾ ਕੀਤਾ ਨਾ ਤੈਨੂੰ ਵੇਖ ਫਿਰ ਦੱਸ ਦੇ ਤੈਨੂੰ ਇਹਨੇ। ਇਹਦੇ ਮੁੰਡੇ ਨੇ ਵੀ ਕਈ ਵਾਰੀ ਇਹਨੂੰ ਆਪਣੇ ਮੁੰਡੇ ਇਹਦੇ ਹੈਗੇ ਸੀ ਉੱਥੇ, ਇਹ ਗਵਾਹ ਗਏ ਆ ਕੁਆਟਰਾਂ ਦੇ ਵਿੱਚ, ਸਰਕਾਰੀ ਕੁਆਟਰ ਦੁਬਰਜੀ ਦੇ ਵਿੱਚ। ਇਹ ਮੁੰਡੇ ਕਿੰਨੇ ਲੈ ਕੇ ਜਾਂਦਾ ਰਿਹਾ ਉਹਨੂੰ ਧਮਕੀਆਂ ਲਵਾਉਣ ਮੇਰੇ ਮੁੰਡੇ ਨੂੰ। ਮੇਰਾ ਮੁੰਡਾ ਸਹਿਮਿਆ ਪਿਆ ਸੀ, ਇਹਨੇ ਕੰਜਰੀ ਨੇ ਉਹਨੂੰ ਇੰਨੀ ਉਹ ਬੇਮੌਤ ਦਿੱਤੀ ਉਹਨੂੰ, ਬੇਦਰਦ ਮੌਤ ਭਾਜੀ ਜਿਹੜੀ ਰੱਬ ਕਿਸੇ ਨੂੰ ਨਾ ਦੇਵੇ। ਪੋਤਰੀ ਉਹ ਨਾਲ ਹੀ ਲੈ ਗਏ, ਉਹਨਾਂ ਨੇ ਤੇ ਸਾਨੂੰ ਕਦੀ ਚੁੱਕਣ ਹੀ ਨਹੀਂ ਦਿੱਤੀ, ਜਿਉਂ ਦੀ ਹੋਈ ਭਾਜੀ ਮੈਨੂੰ ਉਹਨਾਂ ਨੇ ਚੁੱਕਣ ਹੀ ਨਹੀਂ ਦਿੱਤਾ। ਮੈਂ ਸੋਨੂੰ ਕੱਪੜਾ ਲੀੜਾ ਲਿਆ ਕੇ ਦੇਣੀ ਹਾਂ ਤੇ ਉਹ ਫੜ ਕੇ ਡਸਟਬਿਨ ਚ ਪਾ ਕੇ ਤੇ ਬਾਹਰ ਨਗਰ ਨਿਗਮ ਵਾਲਿਆਂ ਨੂੰ ਫੜਾ ਦਿੰਦੀ ਸੀ। ਪੁਲਿਸ ਮੌਕੇ ਤੇ ਆਈ ਹੈ, ਤੁਹਾਡੀ ਨੂੰਹ ਇੱਥੇ ਹੀ ਉਹਦਾ? ਹਾਂਜੀ ਉਹ ਇੱਥੇ ਹੀ ਸੀ, ਉਹ ਵੀ ਸੀ, ਉਹਦਾ ਪਿਓ ਵੀ ਸੀ, ਉਹਦਾ ਸਾਲਾ ਵੀ ਸੀ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਉਹਨਾਂ? ਨਹੀਂ, ਉਹਨਾਂ ਕੋ ਕੋਈ ਨਹੀਂ ਕੀਤੀ ਪੁੱਛਗਿੱਛ, ਉਹ ਇੱਥੇ ਬੈਠਾ ਉਹ ਸਿਰਫ ਸਾਡੇ ਨਾਲ ਰਿਹਾ ਭਰਾ, ਉਹ ਸਾਡੇ ਨਾਲ ਉੱਥੇ ਗਏ ਸੀ ਇਨਵੈਸਟੀਗੇਸ਼ਨ ਕਰਨ। ਉਹਨਾਂ ਨੇ ਵੀਡੀਓ ਬਣਾਈਆਂ, ਫੋਟੋਆਂ ਖਿੱਚੀਆਂ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਜੋ ਬਣਦੀ ਕਾਰਵਾਈ ਅਸੀਂ ਕਰਾਂਗੇ। ਤੇ ਜਿਹੜਾ ਸਾਡਾ ਮਹਿਕਮਾ GRP ਦਾ, ਉਹ ਵੀ ਕਹਿੰਦੇ ਸੀ ਕੋਈ ਗੱਲ ਨਹੀਂ, ਅਸੀਂ ਆਪਣੇ ਪੋਸਟਮਾਰਟਮ ਕਰਾ ਕੇ ਇੱਥੇ ਆਵਾਂਗੇ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਜੋ ਬਣਦੀ ਕਾਰਵਾਈ ਅਸੀਂ ਵੀ ਕਰਾਂਗੇ ਜੋ ਮਹਿਕਮੇ ਵੱਲੋਂ ਆ। ਸਾਡਾ ਮੁੰਡਾ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਜਿੰਦਰ ਕੌਰ, ਮੈਂ ਸ਼ਮਸ਼ੇਰ ਸਿੰਘ ਦੀ ਮਾਸੀ ਆ। ਮੈਂ ਕਈ ਵਾਰੀ ਉਹਨੂੰ ਸਟੇਸ਼ਨ ਤੇ ਮਿਲਿਆ, ਉਹ ਹਮੇਸ਼ਾ ਹੀ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ, ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ, ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ। ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ, ਔਰ ਜਿੱਥੇ ਪੇਕਿਆਂ ਦੀ ਗਲੀ ਆ ਦੀ ਮੰਮੀ ਦਾ ਘਰ, ਉਹਦੇ ਲਾਗੇ ਵੀ ਸਾਰੇ ਗਵਾਹ ਨੇ। ਸਾਰੀ ਗਲੀ ਗਵਾਹੀ ਦੇਗੀ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੋਰਚਰ ਕਰਦੀ ਰਹੀ, ਕਿਸ ਤਰ੍ਹਾਂ ਮਾਰ ਕਟਾਈ ਕਰਦੀ। ਜਿਹੜੀ ਵਾਈਫ ਉਹਦਾ ਨਾਮ ਕੀ ਸੀ? ਤਾਜਮੀਤ ਕੌਰ। ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰਾਮ ਦੇ ਉੱਤੇ, ਜਦਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੂੰਹ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ। ਜਦੋਂ ਇਹਨੇ ਵੀ ਕਿਹਾ ਨਹੀਂ ਸੀ ਮੁੜਦੀ, ਗਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ। ਇਹਨੂੰ ਕਹਿੰਦੀ ਸੀ ਮੈਂ ਤੇਰੇ ਨਾਲ ਵੱਖਰਾ ਲੈ ਜਾਣਾ। ਘਰ 'ਚ ਭੈਣ ਨਾਲ ਵੀ ਲੜਾਈ ਕਰਾਈ, ਭਰਾ ਦੀ ਵੀ ਬਾਂਹ ਤੜਾਈ, ਮਾਂ ਦੇ ਵਿੱਚ ਹੀ ਪਈ। ਇਸ ਦੌਰਾਨ ਇਹਨਾਂ ਦੇ ਕਈ ਕਰਾਈਆਂ ਹੋਈਆਂ, ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ 'ਤੇ ਇਸ ਤਰ੍ਹਾਂ ਅਟੈਕ ਕਰਦੀ ਹੈ।
ਉਹ ਵੀ ਇਹਨਾਂ ਕੋਲ ਸਾਰੇ ਪ੍ਰੂਫ ਹੈਗੇ ਜੇ ਰੁਕ ਜਾਓ ਲੋ ਬਾਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹ ਇਹਨਾਂ ਨੂੰ ਮਨਜ਼ੂਰ ਜੇ ਪਹਿਲਾਂ ਸੁਸਾਈਡ ਕੀਤਾ ਵਾ ਜਦਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਭਾਜੀ ਇਨਸਾਫ਼ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋਹ ਨਹੀਂ ਆ ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਖਾ ਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਖਾ ਗਈ ਕੰਜਰੀ ਉਹ ਆਪਣੇ ਉੱਥੇ ਹੈਗੀ ਪੇਕੇ ਆਪਣੇ ਗਈ ਰਾਤ ਪਿਓ ਦੇ ਨਾਲ ਮੈਂ ਕਿਹਾ ਵੀ ਇੱਥੋਂ ਦਫ਼ਾ ਹੋ ਜਾ ਚੱਲ ਜਾ ਮੈਂ ਕਿਹਾ ਮੈਂ ਨੀ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾਂ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਚੱਲ ਜਾਓ ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰਖਿਲਾਫ਼ ਕਹਿੰਦਾ ਜੋ ਕਬੰਦੀ ਕਾਰਵਾਈ ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪਰਿਵਾਰ ਸਾਰੇ ਰਲੇ ਸੀ ਇੱਥੇ ਹੀ ਗਏ ਸੀ ਤੁਰਦੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਭੇਟ ਟੰਗਿਆ ਟੋਰਚਰ ਕੀਤਾ ਉਹਦੇ ਗਲੇ ਦੇ ਉੱਤੇ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀ ਕੋਈ ਉਹਦੀ ਜੀਭ ਬਾਹਰ ਨਹੀਂ ਸੀ ਕੋਈ ਉਹਦੀ ਅੱਖਾਂ ਬਾਹਰ ਨਹੀਂ ਸੀ ਇਹਨਾਂ ਨੇ ਥੱਲੇ ਉਹਨੂੰ ਸਰਾਣਾ ਇੱਥੇ ਇੰਨਾ ਪਿਆ ਇਹਦੇ ਘਰ ਦੇ ਲਾਗੇ ਉੱਥੇ ਪਿਆ ਸਰਾਣਾ ਜਿੱਥੇ ਇਹਨਾਂ ਨੇ ਮੂੰਹ ਦੇ ਉੱਤੇ ਰੱਖ ਕੇ ਦੱਬਿਆ ਵਾ ਉਹਦੇ ਬੁੱਲ ਉਸੇ ਵੇਲੇ ਲਾ ਉਹ ਬਟਾਲੇ ਦੀ ਰਹਿਣ ਵਾਲੀ ਸੀ ਬੁੱਲ ਵੀ ਉਹਦੇ ਨੌਂ ਵੀ ਨੀਲੇ ਹੋਏ ਸੀ ਜਦੋਂ ਮੈਂ ਗਈ ਆ ਤੇ ਉਹਦੀ ਚਮੜੀ ਅਜੇ ਗਰਮ ਸੀ ਤੇ ਮੈਂ ਫਟਾਫਟ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਮੈਨੂੰ ਲੈ ਜਾ ਤੇ ਮੈਂ ਬਚਾ ਲਾ ਆਪਣੇ ਪੁੱਤ ਨੂੰ ਮੈਨੂੰ ਨਹੀਂ ਪਤਾ ਮੈਨੂੰ ਡਾਕਟਰਾਂ ਨੇ ਕਿਹਾ ਇੱਕ ਘੰਟਾ ਹੋ ਗਿਆ ਇਹਨੂੰ ਪੂਰੇ ਹੋਏ ਨੂੰ ਇਹ ਤੁਹਾਨੂੰ ਹੁਣ ਖਬਰ ਦਿੱਤੀ ਇਹਨੇ 5 ਮਿੰਟ ਦਾ ਰਾਹ ਹਰਤੇ ਤੋਂ ਉੱਥੇ ਮੈਡ ਕਾਰਡ ਦਾ ਵਾ ਅਸੀਂ 5 ਮਿੰਟਾਂ 'ਚ ਲੈ ਗਏ ਕਹਿੰਦਾ ਕੀ ਗੱਲ ਇੱਕ ਘੰਟਾ ਕੀ ਕਰਦੀ ਰਹੀ ਆ ਉਦੋਂ ਤੁਹਾਨੂੰ ਕਿਉਂ ਨਹੀਂ ਖਬਰ ਦਿੱਤੀ ਮੈਂ ਤੇ ਉਹ ਮੰਗ ਕਰੂੰਗੀ ਭਾਜੀ ਕਿ ਮੇਰੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਧੀਆ ਪੁੱਤ ਤੇ ਹੈਗੇ ਹੀ ਉਹਦੇ ਸਿਰ ਤੇ ਹੀ ਚਲੋ ਸਾਨੂੰ ਨਾ ਮਦਦ ਦਿੰਦਾ ਪੈਸੇ ਧੇਲੇ ਦੀ ਪਰ ਸਾਨੂੰ ਉਹਦਾ ਆਸਰਾ ਬੜਾ ਸੀ ਕਿ ਉਹ ਪਿਓ ਸਿਰ ਤੇ ਨਹੀਂ ਉਸੇ ਨੂੰ ਇਹਨਾਂ ਨੇ ਪਿਓ ਬਣਾਇਆ ਕਹਿੰਦੇ ਕੋਈ ਨਹੀਂ ਆਉਂਦਾ ਰੱਖੜੀ ਬਣਾਉਣ ਮੰਮੀ ਕੋਈ ਨਹੀਂ ਸਾਨੂੰ ਦਿਸਦਾ ਰਵੇ ਪਰ ਇਹਨਾਂ ਨੇ ਰਲ ਕੇ ਸਾਜਿਸ਼ ਖੇਡੀ ਆ ਤੇ ਮੈਨੂੰ ਇਨਸਾਫ ਭਾਜੀ ਦਵਾਓ ਜਿੱਦਾਂ ਵੀ ਆ ਕਿਹੜੇ ਤੁਹਾਨੂੰ ਸਬ ਇੰਸਪੈਕਟਰ ਧਮਕੀਆਂ ਲਾਉਂਦੇ ਤੁਹਾਨੂੰ